लुधियाना ਦੇ ਡਿਪਟੀ ਕਮਿਸ਼ਨਰ ਵਿਨਦਰ ਕੁਮਾਰ ਸ਼ਰਮਾ ਤੇ ਉੱਗੇ ਸਮਾਜ ਸੇਵੀ ਐਸਪੀ ਸਿੰਘ ਉਭਰਾਏ ਨੇ ਅੱਜ ਲੁਧਿਆਣਾ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਰਕਬਾ ਪਵੰਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਪਿੰਡੂ ਖੇਤਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਇਤਿਹਾਸ ਨੂੰ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਉਹਨਾਂ ਨੇ ਕਿਹਾ ਕਿ ਜਥੇਬੰਦੀ ਵੀ ਵੱਲੋਂ ਸ਼ਬਦ ਪ੍ਰਕਾਸ਼ ਅਜਾਇਬਕਾਰ ਬਣਾ ਕੇ ਵੱਡਮੁੱਲੀ ਸੇਵਾ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਸਕੂਲ ਅਤੇ ਕਾਲਜਾਂ ਦੇ ਬੱਚਿਆਂ ਨੂੰ ਇਸ ਵਿਲੱਖਣਾ ਅਜਾਇਬਕਾਰ ਦੇ ਦਰਸ਼ਨ ਦੀ ਅਪੀਲ ਕੀਤੀ ਤਾਂ ਜੋ ਉਹ ਇਤਿਹਾਸ ਤੋਂ ਜਾਣੂ ਹੋ ਸਕਣ ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ 바ਵਾ ਨੇ ਇਹ ਕਿਹਾ ਕਿ ਐਸਪੀ ਉਭਰਾਏ ਨੇ ਸ਼ਰਧ ਪ੍ਰਕਾਸ਼ ਅਜਾਇਬਕਾਰ ਦੀ ਇਮਾਰਤ ਦੀ ਉਸਾਰੀ ਕਰਵਾ ਕੇ ਇਕ ਬੜਾ ਮੁੱਲੀ ਸੇਵਾ ਵਾਲੇ ਭਾਈ ਇਹ ਅੱਜ ਦੇ ਸਮਾਰੋਹ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਮੁਖ ਸਰਪ੍ਰਸਤ ਮਲਕੀਸ਼ ਸਿੰਘ ਦਾਖਾ ਕਨਵੀਨਰ ਬਲਦੇਵ ਸਿੰਘ 바ਵਾ ਸਮੇਤ ਕਈ ਹੋਰ ਵਿਅਕਤੀ ਵੀ ਮੌਜੂਦ ਸਨ